ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਇਸ ਯੂਟਿਊਬ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਅਮਿਤ ਜਿੰਦਲ। ਇਸ ਤੋਂ ਪਹਿਲਾਂ ਦੀ ਵੀਡੀਓ ਦੇ ਵਿੱਚ ਆਪਾਂ 20 ਚੈਪਟਰ ਕਰ ਚੁੱਕੇ ਹਾਂ। ਅੱਜ ਇਸ ਸਪੈਸ਼ਲ ਵੀਡੀਓ ਦੇ ਵਿੱਚ ਮੈਂ ਲੈ ਕੇ ਆਇਆ 17, 18, 19 ਅਤੇ 20 ਪਾਠ ਕੀਤੇ ਸੀ ਜੋ ਆਪਾਂ ਨੇ ਉਹਨਾਂ ਨਾਲ ਸੰਬੰਧਿਤ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਉੱਤਰਾਂ ਦੀ ਸੀਰੀਜ਼ ਜੋ ਕਿ MCQ ਰੂਪ ਦੇ ਵਿੱਚ ਨੇ। ਇਹਨਾਂ 4 ਪਾਠਾਂ ਦੇ ਵਿੱਚੋਂ ਮੈਂ 40 ਦੇ ਕਰੀਬ ਪ੍ਰਸ਼ਨ ਬਣਾਏ ਨੇ, ਜਿਨ੍ਹਾਂ ਵਿੱਚੋਂ 20 ਪ੍ਰਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਅਤੇ ਅਗਲੇ 20 ਪ੍ਰਸ਼ਨ ਨੇ ਜੋ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਇਹ 40 ਦੇ 40 ਪ੍ਰਸ਼ਨ ਨੇ ਜੋ ਪ੍ਰੀਖਿਆ ਦੀ ਦ੍ਰਿਸ਼ਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਨੇ ਕਿ ਪ੍ਰੀਖਿਆ ਦੇ ਵਿੱਚ ਨੇ ਜੋ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ, ਕਿਹੜੇ ਢੰਗ ਵਰਤੇ ਜਾਂਦੇ ਨੇ, ਉਸ ਢੰਗ ਤਰੀਕਿਆਂ ਦੇ ਨਾਲ ਪ੍ਰਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ। ਤੋ ਸ਼ੁਰੂ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦਾ ਪਹਿਲਾ ਪ੍ਰਸ਼ਨ ਹੈ, ਕੰਬਨ ਨੇ ਰਮਾਇਣ ਦਾ ਅਨੁਵਾਦ ਕਿਸ ਭਾਸ਼ਾ ਵਿੱਚ ਕੀਤਾ? ਪਹਿਲਾ ਪ੍ਰਸ਼ਨ ਹੈ ਜੀ ਇਹ। ਦੋਸਤੋ, ਇਹਨਾਂ ਪ੍ਰਸ਼ਨਾਂ ਦੇ ਉੱਤਰ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਜੇਕਰ ਪਹਿਲਾਂ ਦੀ ਵੀਡੀਓ ਨਹੀਂ ਦੇਖੀਆਂ 17, 18, 19 ਅਤੇ 20 ਚੈਪਟਰ ਤਾਂ ਉਹ ਚਾਰੋਂ ਵੀਡੀਓ ਨੇ ਜੋ ਦੇਖ ਲਓ, ਉਸ ਤੋਂ ਬਾਅਦ ਤੁਸੀਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਆਰਾਮ ਨਾਲ ਦੇ ਸਕਦੇ ਹੋ। ਤਾਂ ਪਹਿਲਾ ਪ੍ਰਸ਼ਨ ਕਰਿਆ ਸੀ ਜੀ, ਪ੍ਰਸ਼ਨ ਹੈ ਜੀ, ਕੰਬਨ ਨੇ ਰਮਾਇਣ ਦਾ ਅਨੁਵਾਦ ਕਿਸ ਭਾਸ਼ਾ ਵਿੱਚ ਕੀਤਾ? ਇਹ ਆਪਸ਼ਨ ਹੈ ਗੁਜਰਾਤੀ, ਬੀ ਹੈ ਬੰਗਾਲੀ, ਸੀ ਹੈ ਤਮਿਲ ਜਾਂ ਡੀ ਸੰਸਕ੍ਰਿਤ। ਦੋਸਤੋ, 10 ਸੈਕਿੰਡ ਦਾ ਟਾਈਮ ਹੈਗਾ ਤੁਹਾਡੇ ਕੋਲ, ਅਤੇ ਇਸ ਤੋਂ ਬਾਅਦ ਆਪਣਾ ਸਹੀ ਉੱਤਰ ਤੁਸੀਂ ਕਮੈਂਟ ਦੇ ਵਿੱਚ ਵੀ ਕਰ ਸਕਦੇ ਹੋ ਅਤੇ ਦੱਸ ਵੀ ਸਕਦੇ ਹੋ, ਆਪਣੇ ਕੋਲ ਨੋਟ ਵੀ ਕਰ ਸਕਦੇ ਹੋ ਕਿ ਇਹਦਾ ਸਹੀ ਉੱਤਰ ਕਿਹੜਾ ਹੋ ਸਕਦਾ ਹੈ। ਹਾਂਜੀ, ਇਹਦਾ ਸਹੀ ਉੱਤਰ ਹੈਗਾ ਜੀ ਸੀ, ਤਮਿਲ। ਕੰਬਨ ਨੇ ਰਮਾਇਣ ਦਾ ਅਨੁਵਾਦ ਤਮਿਲ ਭਾਸ਼ਾ ਦੇ ਵਿੱਚ ਕੀਤਾ। ਅੱਗੇ ਕਰਦੇ ਹਾਂ ਜੀ, ਦੂਜਾ ਪ੍ਰਸ਼ਨ, ਚੰਦ ਬਰਦਈ ਨੇ ਕਿਸ ਗ੍ਰੰਥ ਦੀ ਰਚਨਾ ਕੀਤੀ? ਏ ਗੀਤ ਗੋਬਿੰਦ, ਬੀ ਪ੍ਰਿਥਵੀ ਰਾਜ ਰਾਸੋ, ਸੀ ਰਾਜ ਤਰੰਗਣੀ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਦੋਸਤੋ, ਪ੍ਰਸ਼ਨ ਧਿਆਨ ਨਾਲ ਪੜ੍ਹਨਾ ਹੈ ਅਤੇ ਉਸ ਤੋਂ ਬਾਅਦ ਆਪਸ਼ਨ ਨੇ ਜੋ ਏ ਬੀ ਸੀ ਡੀ, ਚਾਰਾਂ ਨੂੰ ਬੜੇ ਹੀ ਧਿਆਨ ਨਾਲ ਪੜ੍ਹਨ ਤੋਂ ਬਾਅਦ ਤੁਸੀਂ ਉੱਤਰ ਦੇਣਾ ਇਹਦਾ। ਤਾਂ ਜੇਕਰ ਚੰਦ ਬਰਦਈ ਦੇ ਗ੍ਰੰਥ ਦੀ ਚਰਚਾ ਕਰੀਏ ਤਾਂ ਚੰਦ ਬਰਦਈ ਦਾ ਜੋ ਗ੍ਰੰਥ ਹੈ ਉਹਦਾ ਨਾਮ ਹੈ ਪ੍ਰਿਥਵੀ ਰਾਜ ਰਾਸੋ, ਜਿਹਦੇ ਵਿੱਚ ਉਸਨੇ ਪ੍ਰਿਥਵੀ ਰਾਜ ਚੌਹਾਨ ਦੀਆਂ ਪ੍ਰਾਪਤੀਆਂ ਦੇ ਬਾਰੇ ਵਰਣਨ ਕੀਤਾ ਹੈ, ਜ਼ਿਕਰ ਕੀਤਾ ਹੈ। ਚੰਦ ਬਰਦਈ ਨੇ ਪ੍ਰਿਥਵੀ ਰਾਜ ਰਾਸੋ ਨਾਮ ਦੇ ਗ੍ਰੰਥ ਦੀ ਰਚਨਾ ਕੀਤੀ ਹੈ, ਇਹਦਾ ਬੀ ਆਪਸ਼ਨ ਸਹੀ ਹੈ ਜੀ, ਬਿਲਕੁਲ। ਅੱਗੇ ਜੀ, ਤੀਜਾ ਪ੍ਰਸ਼ਨ, ਰਾਜ ਤਰੰਗਣੀ ਪੁਸਤਕ ਕਿਸ ਦੇ ਇਤਿਹਾਸ ਨਾਲ ਸੰਬੰਧਿਤ ਹੈ? ਏ ਹੈ ਭਾਰਤ ਦੇ, ਬੀ ਅਮਰੀਕਾ ਦੇ, ਸੀ ਕਸ਼ਮੀਰ ਦੇ ਜਾਂ ਡੀ ਉਪਰੋਕਤ ਸਾਰੇ। ਰਾਜ ਤਰੰਗਣੀ ਪੁਸਤਕ ਹੈ ਜੋ ਇਹ ਕਲਹਨ ਦੀ ਰਚਨਾ, ਤਾਂ ਦੇਖਣਾ ਜੀ ਇਹਦੇ ਵਿੱਚ ਕਿਸ ਦੇ ਇਤਿਹਾਸ ਨਾਲ ਸੰਬੰਧਿਤ ਹੈ? ਏ ਭਾਰਤ, ਬੀ ਅਮਰੀਕਾ, ਸੀ ਕਸ਼ਮੀਰ ਜਾਂ ਡੀ ਉਪਰੋਕਤ ਸਾਰੇ। ਤਾਂ ਇਹਦਾ ਸਹੀ ਉੱਤਰ ਹੈ ਜੀ ਸੀ, ਕਸ਼ਮੀਰ ਦੇ ਇਤਿਹਾਸ ਬਾਰੇ ਕਲਹਨ ਨੇ ਆਪਣੀ ਇਸ ਪੁਸਤਕ ਦੇ ਵਿੱਚ ਲਿਖਿਆ। ਦੋਸਤੋ, ਇੱਕ ਪ੍ਰਸ਼ਨ ਦੇ ਨਾਲ ਤੁਹਾਡੇ 2-2, 3-3 ਪ੍ਰਸ਼ਨਾਂ ਦੀ ਰਿਵੀਜ਼ਨ ਹੋਈ ਜਾਏਗੀ, ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਿਓ। ਚੌਥਾ ਪ੍ਰਸ਼ਨ ਹੈ ਜੀ ਅੱਗੇ, ਗੀਤ ਗੋਬਿੰਦ ਨਾਮ ਦੇ ਗ੍ਰੰਥ ਵਿੱਚ ਕਿਸ ਦੇ ਪਿਆਰ ਦਾ ਵਰਣਨ ਹੈ? ਏ ਹੈ ਕ੍ਰਿਸ਼ਨ ਅਤੇ ਰਾਧਾ ਦੇ, ਬੀ ਹੈ ਹੀਰ ਅਤੇ ਰਾਂਝਾ ਦੇ, ਸੀ ਹੈ ਸ਼ਾਹਜਹਾਂ ਅਤੇ ਮੁਮਤਾਜ਼ ਦੇ ਜਾਂ ਡੀ ਭਗਤਾਂ ਦੇ ਪ੍ਰੇਮ ਦਾ ਵਰਣਨ ਹੈ। ਤਾਂ ਰਚਨਾ ਦਾ ਨਾਮ ਹੈ ਜੀ ਗੀਤ ਗੋਬਿੰਦ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਕਿ ਗੀਤ ਗੋਬਿੰਦ ਨਾਮ ਦੀ ਰਚਨਾ ਜੋ ਕਿਸ ਨੇ ਲਿਖੀ ਹੈ, ਤਾਂ ਉਸ ਤੋਂ ਬਾਅਦ ਇਹ ਪ੍ਰਸ਼ਨ ਸੀ ਜੋ ਮੈਂ ਵੀਡੀਓ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਤੁਹਾਨੂੰ ਕਰਵਾਏ ਹੋਏ ਨੇ। ਤਾਂ ਹਾਲੇ ਵੀ ਜੇਕਰ ਤੁਸੀਂ ਵੀਡੀਓ ਨਹੀਂ ਦੇਖਿਆ ਪਹਿਲਾਂ ਦੀਆਂ ਤਾਂ ਵੀਡੀਓ ਜ਼ਰੂਰ ਦੇਖ ਲਓ, 17ਵੇਂ ਚੈਪਟਰ ਤੋਂ ਲੈ ਕੇ 20ਵੇਂ ਚੈਪਟਰ ਤੱਕ। ਹਾਂਜੀ, ਇਹਦਾ ਸਹੀ ਉੱਤਰ ਹੈ ਜੀ ਏ, ਕ੍ਰਿਸ਼ਨ ਅਤੇ ਰਾਧਾ ਦੇ ਪਿਆਰ ਦਾ ਵਰਣਨ ਹੈ। ਇਹ ਜੋ ਗੀਤ ਗੋਬਿੰਦ ਨਾਮ ਦੀ ਰਚਨਾ ਹੈ, ਇਹ ਬੰਗਾਲ ਦਾ ਰਾਜ ਕਵੀ ਸੀ ਜੈਦੇਵ, ਉਸ ਦੀ ਰਚਨਾ ਹੈ। ਹਾਂਜੀ, ਅੱਗੇ ਪੰਜਵਾਂ ਕੁਸ਼ਚਨ ਹੈ ਜੀ, ਕੰਬਨ ਨੇ ਮਹਾਭਾਰਤ ਦਾ ਅਨੁਵਾਦ ਕਿਸ ਭਾਸ਼ਾ ਵਿੱਚ ਕੀਤਾ? ਪਹਿਲੇ ਪ੍ਰਸ਼ਨ ਦੇ ਵਿੱਚ ਆਪਾਂ ਨੇ ਗੱਲਬਾਤ ਕੀਤੀ ਸੀ ਕਿ ਕੰਬਨ ਨੇ ਰਮਾਇਣ ਦਾ ਅਨੁਵਾਦ ਸੀ ਜੋ ਤਮਿਲ ਭਾਸ਼ਾ ਦੇ ਵਿੱਚ ਕੀਤਾ, ਤਾਂ ਇਸ ਪ੍ਰਸ਼ਨ ਵਿੱਚ ਪੁੱਛਿਆ ਗਿਆ ਮਹਾਭਾਰਤ ਦਾ ਅਨੁਵਾਦ ਏ ਹੈ ਤਮਿਲ, ਬੀ ਕੰਨੜ, ਸੀ ਮਲਿਆਲਮ ਜਾਂ ਡੀ ਤੈਲਗੂ। ਤਾਂ ਕੰਬਨ ਨੇ ਮਹਾਭਾਰਤ ਦਾ ਅਨੁਵਾਦ ਹੈ ਜੋ ਤੈਲਗੂ ਭਾਸ਼ਾ ਦੇ ਵਿੱਚ ਕੀਤਾ, ਇਹਦਾ 5ਵੇਂ ਦਾ ਡੀ ਉੱਤਰ ਸਹੀ ਹੈ ਜੀ।
ਅੱਗੇ ਕਰਦੇ ਹਾਂ ਜੀ। ਛੇਵਾਂ ਪ੍ਰਸ਼ਨ, ਬੁੱਧ ਧਰਮ ਦੇ ਗ੍ਰੰਥਾਂ ਵਿੱਚ ਕਿਸ ਸ਼ੈਲੀ ਦੇ ਚਿੱਤਰ ਮਿਲਦੇ ਹਨ? ਏ ਅਪਭ੍ਰੰਸ਼ ਸ਼ੈਲੀ ਦੇ, ਬੀ ਪਾਲ ਸ਼ੈਲੀ ਦੇ, ਸੀ ਉਪਰੋਕਤ ਦੋਵੇਂ ਭਾਵੇ ਅਤੇ ਬੀ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਇਹਨਾਂ ਦੇ ਬਾਰੇ ਵੀ ਚਰਚਾ ਕੀਤੀ ਸੀ ਕਿ ਬੁੱਧ ਧਰਮ ਦੇ ਜੋ ਗ੍ਰੰਥ ਨੇ ਉਸ ਵਿੱਚ ਕਿਸ ਸ਼ੈਲੀ ਦੇ ਚਿੱਤਰ ਮਿਲਦੇ ਨੇ। ਦੋਸਤੋ ਆਪਸ਼ਨ ਤੁਸੀਂ ਆਪਣੇ ਕੋਲ ਸੋਚ ਕੇ ਰੱਖ ਲਓ ਅਤੇ ਮੇਰੇ ਉੱਤਰ ਦੇ ਨਾਲ ਮੈਚ ਕਰ ਲਿਓ। ਹਾਂਜੀ, ਇਹਦਾ ਸਹੀ ਉੱਤਰ ਹੈ ਜੀ ਬੁੱਧ ਧਰਮ ਦੇ ਗ੍ਰੰਥ ਨੇ। ਧਿਆਨ ਰੱਖਿਓ ਤਾਂ ਬੁੱਧ ਧਰਮ ਦੇ ਗ੍ਰੰਥਾਂ ਦੇ ਵਿੱਚ ਬੀ ਆਪਸ਼ਨ ਹੈ ਜੀ, ਪਾਲ ਸ਼ੈਲੀ ਦੇ ਚਿੱਤਰ ਮਿਲਦੇ ਨੇ। ਪਾਲ ਸ਼ੈਲੀ ਦੇ ਚਿੱਤਰਾਂ ਦੀ ਇਹ ਖਾਸੀਅਤ ਹੈ ਕਿ ਇਹ ਚਿੱਤਰ ਨੇ ਜੋ ਸਫੈਦ, ਕਾਲੇ, ਲਾਲ ਅਤੇ ਨੀਲੇ ਰੰਗ ਦੇ ਨਾਲ ਮਿਲ ਕੇ ਬਣਾਏ ਜਾਂਦੇ ਨੇ। ਅੱਗੇ ਜੀ ਸੱਤਵਾਂ ਪ੍ਰਸ਼ਨ, ਅਪਭ੍ਰੰਸ਼ ਸ਼ੈਲੀ ਵਿੱਚ ਜ਼ਿਆਦਾਤਰ ਕਿਸ ਰੰਗ ਦੀ ਵਰਤੋਂ ਹੋਈ ਹੈ? ਹਾਂਜੀ, ਅਪਭ੍ਰੰਸ਼ ਸ਼ੈਲੀ ਦੀ ਗੱਲ ਕਰ ਰਿਹਾ ਹੁਣ। ਇਹ ਆਪਸ਼ਨ ਹੈ ਲਾਲ ਅਤੇ ਪੀਲਾ ਰੰਗ, ਬੀ ਹੈ ਸਫੈਦ, ਕਾਲਾ ਅਤੇ ਲਾਲ, ਸੀ ਹੈ ਕੇਵਲ ਨੀਲਾ ਜਾਂ ਡੀ ਉਪਰੋਕਤ ਸਾਰੇ। ਹਾਂਜੀ, ਆਪਾਂ ਨੇ ਉੱਪਰਲੇ ਛੇਵੇਂ ਪ੍ਰਸ਼ਨ ਦੇ ਵਿੱਚ ਕੀਤਾ ਸੀ ਪਾਲ ਸ਼ੈਲੀ ਦੇ ਚਿੱਤਰਾਂ 'ਚ ਸਫੈਦ, ਕਾਲੇ, ਲਾਲ ਅਤੇ ਨੀਲੇ ਰੰਗ ਦੀ ਵਰਤੋਂ ਹੋਈ ਹੈ। ਤਾਂ ਸੱਤਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਇਹ ਲਾਲ ਅਤੇ ਪੀਲਾ ਰੰਗ। ਇਹ ਜੋ ਅਪਭ੍ਰੰਸ਼ ਸ਼ੈਲੀ ਦੇ ਚਿੱਤਰਾਂ ਦੀ ਵਰਤੋਂ ਹੈ ਇਹ ਜੈਨ ਧਰਮ ਦੇ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਹੀ ਹੈ, ਜਦਕਿ ਪਾਲ ਸ਼ੈਲੀ ਦੇ ਜੋ ਚਿੱਤਰ ਨੇ ਜਿਵੇਂ ਕਿ ਆਪਾਂ ਨੇ ਪੜ੍ਹਿਆ ਉਹਨਾਂ ਦੇ ਉਹ ਬੁੱਧ ਧਰਮ ਦੇ ਗ੍ਰੰਥਾਂ ਨਾਲ ਸੰਬੰਧਿਤ ਨੇ। ਤਾਂ ਅਪਭ੍ਰੰਸ਼ ਸ਼ੈਲੀ ਦੇ ਚਿੱਤਰ ਜੈਨ ਧਰਮ ਦੇ ਪੁਰਾਤਨ ਗ੍ਰੰਥਾਂ ਨਾਲ ਸੰਬੰਧਿਤ ਨੇ ਜੋ ਕਿ ਲਾਲ ਅਤੇ ਪੀਲੇ ਰੰਗ ਦੀ ਇਸ ਵਿੱਚ ਵਰਤੋਂ ਹੋਈ ਹੈ। ਅੱਠਵਾਂ ਪ੍ਰਸ਼ਨ ਹੈ ਜੀ, ਮੱਧਕਾਲੀਨ ਉੱਤਰੀ ਅਤੇ ਦੱਖਣੀ ਭਾਰਤ ਦਾ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ? ਹਾਂਜੀ, ਇਹ ਆਪਸ਼ਨ ਹੈ ਜੀ 3, ਬੀ 4, ਸੀ 8 ਜਾਂ ਡੀ 10। ਮੱਧਕਾਲੀਨ ਉੱਤਰੀ ਭਾਰਤ, ਉੱਤਰੀ ਅਤੇ ਦੱਖਣੀ ਭਾਰਤ ਦੇ ਸਮਾਜ ਦੀ ਗੱਲ ਕਰ ਰਹੇ ਹਾਂ ਜੀ, ਕਿੰਨੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ? ਇਹ ਆਪਸ਼ਨ ਹੈ 3, 4, 8 ਜਾਂ 10। ਤਾਂ ਇਹਦਾ ਸਹੀ ਉੱਤਰ ਹੈ ਜੀ 4 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਸੀ ਬ੍ਰਾਹਮਣ, ਫਿਰ ਦੂਜਾ ਸੀ ਕਸ਼ਤਰੀ, ਤੀਜਾ ਸੀ ਸ਼ੂਦਰ ਅਤੇ ਚੌਥਾ ਵੈਸ਼। 9ਵਾਂ ਪ੍ਰਸ਼ਨ ਆ ਗਿਆ ਜੀ ਅੱਗੇ, ਮੱਧਕਾਲੀਨ ਦੱਖਣੀ ਭਾਰਤ ਵਿੱਚ ਇਸਤਰੀਆਂ ਆਪਣੇ ਆਪ ਨੂੰ ਪਵਿੱਤਰ ਸਿੱਧ ਕਰਨ ਲਈ ਕਿਹੜੀ ਰਸਮ ਕਰਦੀਆਂ ਸਨ? ਤਾਂ ਦੱਖਣੀ ਭਾਰਤ ਦੇ ਵਿੱਚ ਔਰਤਾਂ ਸੀ ਜੋ ਆਪਣੇ ਆਪ ਨੂੰ ਪਵਿੱਤਰ ਸਿੱਧ ਕਰਨ ਦੇ ਲਈ ਕਿਹੜੀ ਰਸਮ ਕਰਦੀਆਂ ਸੀ, ਇਹਦੇ ਬਾਰੇ ਦੇਖਣਾ ਜੀ। ਏ ਹੈ ਸਤੀ ਹੋਣਾ, ਬੀ ਪਤੀ ਦੀ ਚੋਣ, ਸੀ ਜੌਹਰ ਜਾਂ ਡੀ ਸਤੀ ਅਤੇ ਜੌਹਰ ਦੋਵੇਂ। ਤਾਂ ਦੋਸਤੋ ਇਹਦਾ ਸਹੀ ਉੱਤਰ ਹੈ ਸੀ ਉਹ ਜੌਹਰ ਦੀ ਰਸਮ ਕਰਦੀਆਂ ਸੀ ਆਪਣੇ ਆਪ ਨੂੰ ਪਵਿੱਤਰ ਸਿੱਧ ਕਰਨ ਦੇ ਲਈ। ਜੌਹਰ ਦੇ ਵਿੱਚ ਕੀ ਹੈ ਕਿ ਇੱਕ ਵੱਡਾ ਸਾਰਾ ਕੁੰਡ ਬਣਾਇਆ ਜਾਂਦਾ ਸੀ, ਵੱਡਾ ਸਾਰਾ ਅਗਨੀ ਕੁੰਡ ਬਣਾਇਆ ਜਾਂਦਾ ਸੀ ਜਿਹਦੇ ਵਿੱਚ ਲੱਕੜਾਂ ਧਰਨ ਤੋਂ ਬਾਅਦ ਅਗਨੀ ਚਲਾਈ ਜਾਂਦੀ ਸੀ ਅਤੇ ਉਸ ਅਗਨੀ ਦੇ ਵਿੱਚ ਉਹ ਔਰਤ ਆਪ ਛਾਲ ਮਾਰ ਕੇ ਆਪਣੇ ਆਪ ਨੂੰ ਪਵਿੱਤਰ ਸਿੱਧ ਕਰਦੀ ਸੀ। 10ਵਾਂ ਪ੍ਰਸ਼ਨ ਹੈ ਜੀ ਅੱਗੇ, ਦਿੱਲੀ ਸਲਤਨਤ ਅਧੀਨ, ਜਿਵੇਂ ਕਿ ਪਤਾ ਤੁਹਾਨੂੰ ਕਿ ਦਿੱਲੀ ਸਲਤਨਤ ਦਾ ਜੋ ਸਮਾਂ 1206 ਤੋਂ ਲੈ ਕੇ 1526 ਈਸਵੀ ਤੱਕ ਦਾ ਸਮਾਂ, ਤਾਂ ਦਿੱਲੀ ਸਲਤਨਤ ਅਧੀਨ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ? ਏ ਹੈ ਜੋ ਵਧੀਆ, ਬੀ ਆਪਸ਼ਨ ਹੈ ਬਹੁਤ ਵਧੀਆ, ਸੀ ਹੈ ਮਾੜੀ ਜਾਂ ਡੀ ਐਸ਼ ਵਾਲੀ। ਹਾਂਜੀ, ਇਹਦਾ ਸਹੀ ਉੱਤਰ ਹੈ ਜੀ ਸੀ, ਇਸਤਰੀਆਂ ਦੀ ਦਸ਼ਾ ਸੀ ਜੋ ਬਹੁਤ ਮਾੜੀ ਸੀ, ਕਿਉਂਕਿ ਇਸਤਰੀਆਂ ਨੂੰ ਜ਼ਿਆਦਾਤਰ ਅਨਪੜ੍ਹ ਰੱਖਿਆ ਜਾਂਦਾ ਸੀ, ਇਸਤਰੀਆਂ ਪਰਦਾ ਪ੍ਰਥਾ ਕਰਦੀਆਂ ਸੀ, ਇਸ ਕਰਕੇ ਇਸਤਰੀਆਂ ਦੀ ਜੋ ਹਾਲਤ ਸੀ ਦਿੱਲੀ ਸਲਤਨਤ ਦੇ ਸਮੇਂ ਦੌਰਾਨ ਉਹ ਮਾੜੀ ਸੀ। ਅੱਗੇ ਦੇਖਦੇ ਹਾਂ ਜੀ 11ਵਾਂ ਪ੍ਰਸ਼ਨ, ਦਿੱਲੀ ਸਲਤਨਤ ਅਧੀਨ ਹਿੰਦੂ ਸਮਾਜ ਵਿੱਚ ਬ੍ਰਾਹਮਣਾਂ ਦਾ ਸਥਾਨ ਕਿਹੋ ਜਿਹਾ ਸੀ? ਏ ਤਰਸਯੋਗ, ਬੀ ਨਫ਼ਰਤ ਭਰਿਆ, ਸੀ ਉੱਚਾ ਸਥਾਨ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦਿੱਲੀ ਸਲਤਨਤ ਅਧੀਨ ਜੋ ਹਿੰਦੂ ਸਮਾਜ ਸੀ ਉਹਦੇ ਵਿੱਚ ਬ੍ਰਾਹਮਣਾਂ ਦਾ ਸਥਾਨ ਕਿਹੋ ਜਿਹਾ ਸੀ? 4 ਆਪਸ਼ਨ ਤੁਹਾਡੇ ਸਾਹਮਣੇ ਨੇ ਜੀ, ਇਹਨਾਂ ਦੇ ਵਿੱਚੋਂ ਦੇਖ ਕੇ ਤੁਸੀਂ ਸਹੀ ਉੱਤਰ ਦੀ ਚੋਣ ਕਰਨੀ ਹੈ। ਹਾਂਜੀ, ਇਹਦਾ ਸਹੀ ਉੱਤਰ ਹੈ ਜੀ ਸੀ, ਬ੍ਰਾਹਮਣਾਂ ਦਾ ਜੋ ਉੱਚਾ ਸਥਾਨ ਸੀ, ਸਭ ਤਰ੍ਹਾਂ ਦੇ ਧਾਰਮਿਕ ਕੰਮ ਸੀ ਜੋ ਉਹਨਾਂ ਤੋਂ ਕਰਵਾਏ ਜਾਂਦੇ ਸੀ,
ਜਿਵੇਂ ਕਿ ਹਵਨ ਕਰਵਾਉਣੇ, ਯੱਗ ਕਰਵਾਉਣੇ, ਇਸ ਤਰ੍ਹਾਂ ਦੇ ਹੋਰ ਧਾਰਮਿਕ ਕਰਮਕਾਂਡ ਸੀ ਜੋ ਇਹਨਾਂ ਬ੍ਰਾਹਮਣਾਂ ਦੇ ਦੁਆਰਾ ਹੀ ਕਰਵਾਏ ਜਾਂਦੇ ਸੀ ਅਤੇ ਬ੍ਰਾਹਮਣਾਂ ਨੂੰ ਸਮਾਜ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਸੀ। 12ਵਾਂ ਪ੍ਰਸ਼ਨ ਹੈ ਜੀ ਅੱਗੇ, ਮੁਗਲ ਕਾਲ ਦੌਰਾਨ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ? ਏ 2, ਬੀ 3, ਸੀ 4 ਜਾਂ ਡੀ 6। ਹਾਂਜੀ ਦੋਸਤੋ, ਆਪਸ਼ਨ ਨੇ ਜੋ ਧਿਆਨ ਨਾਲ ਦੇਖਣੇ ਨੇ, ਉਸ ਤੋਂ ਬਾਅਦ ਇਹਨਾਂ ਦਾ ਉੱਤਰ ਸੋਚਣਾ ਤੁਸੀਂ। ਜੇਕਰ ਪਹਿਲਾਂ ਦੀ ਵੀਡੀਓ ਜੀ ਨਹੀਂ ਦੇਖੀਆਂ ਹੋਈਆਂ ਤਾਂ ਵੀਡੀਓ ਜ਼ਰੂਰ ਦੇਖ ਲਓ ਸਾਰੀਆਂ। ਹਾਂਜੀ ਸਹੀ ਉੱਤਰ ਹੈ ਜੀ ਇਹਦਾ 3, ਕਿ ਮੁਗਲ ਕਾਲ ਦੌਰਾਨ ਮੁਸਲਿਮ ਸਮਾਜ ਹੈ ਜੋ ਉਹ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਇਹਦੇ ਬਾਰੇ ਆਪਣੇ ਪਾਠ ਦੇ ਵਿੱਚ ਵੀ ਜ਼ਿਕਰ ਕੀਤਾ ਸੀ। ਇਹ 3 ਵਰਗ ਸੀ, ਉੱਪਰਲੀ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ। 13ਵਾਂ ਪ੍ਰਸ਼ਨ ਹੈ ਜੀ ਅੱਗੇ, ਕਰਨਲ ਟਾਂਡ ਅਨੁਸਾਰ ਰਾਜਪੂਤ ਕਿਸ ਦੀ ਸੰਤਾਨ ਸਨ? ਇਹ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਜਾਤੀ ਦੀ, ਬੀ ਉਤਪਤੀ ਇਹਨਾਂ ਦੀ ਅਗਨੀਕੁਲ ਤੋਂ ਹੋਈ ਹੈ, ਸੀ ਸ਼ੱਕ ਕੁਸ਼ਾਨ ਅਤੇ ਹੂਨ ਦੀ, ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਕਰਨਲ ਟਾਂਡ ਦੇ ਅਨੁਸਾਰ ਦੱਸਣਾ, ਕਿਉਂਕਿ ਇਹ ਜੋ ਰਾਜਪੂਤ ਸੀ ਇਹਨਾਂ ਦੀ ਉਤਪਤੀ ਬਾਰੇ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਰਾਏ ਦਿੱਤੀ ਹੈ। ਤਾਂ ਕਰਨਲ ਟਾਂਡ ਦੀ ਰਾਏ ਸੀ ਕਿ ਜੋ ਰਾਜਪੂਤ ਨੇ ਉਹ ਸ਼ੱਕ ਕੁਸ਼ਾਨ ਅਤੇ ਹੂਨ ਦੀ ਸੰਤਾਨ ਨੇ। ਤਾਂ ਇਹਦਾ ਸੀ ਉੱਤਰ ਬਿਲਕੁਲ ਸਹੀ ਹੈ ਜੀ 13ਵੇਂ ਦਾ। ਅੱਗੇ ਆ ਗਿਆ ਦੋਸਤੋ 14ਵਾਂ ਪ੍ਰਸ਼ਨ, ਇਬਨ ਬਤੂਤਾ ਕੌਣ ਸੀ? ਏ ਰਾਜ ਕਵੀ, ਬੀ ਇਤਿਹਾਸਕਾਰ, ਸੀ ਯਾਤਰੀ ਜਾਂ ਡੀ ਸੰਸਕ੍ਰਿਤ ਦਾ ਲੇਖਕ। ਚਾਰ ਆਪਸ਼ਨ ਧਿਆਨ ਨਾਲ ਦੇਖਣੇ ਨੇ, ਇਬਨ ਬਤੂਤਾ ਦੇਖਣਾ ਜੀ ਕੌਣ ਸੀ। ਇਸ ਤਰ੍ਹਾਂ ਦੇ ਪ੍ਰਸ਼ਨ ਨੇ ਜੋ ਪੇਪਰਾਂ ਦੇ ਵਿੱਚ ਪੁੱਛ ਲਏ ਜਾਂਦੇ ਨੇ। ਸਾਰੇ ਤਰ੍ਹਾਂ ਦੇ ਪ੍ਰਸ਼ਨਾਂ ਦੀ ਕੈਟਾਗਰੀ ਆ ਜੋ ਮੈਂ ਇਹਨਾਂ 40 ਪ੍ਰਸ਼ਨਾਂ ਦੇ ਵਿੱਚ ਸ਼ਾਮਿਲ ਕੀਤੀ ਹੈ, ਜਿਸ ਵਿੱਚੋਂ 20 ਪ੍ਰਸ਼ਨ ਅੱਜ ਆਪ ਕਰਾਂਗੇ ਅਤੇ ਅਗਲੀ ਵੀਡੀਓ ਦੇ ਵਿੱਚ 21 ਤੋਂ ਲੈ ਕੇ 40 ਤੱਕ ਪ੍ਰਸ਼ਨ ਕਰਾਂਗੇ। ਹਾਂਜੀ 14ਵੇਂ ਦਾ ਸਹੀ ਉੱਤਰ ਹੈ ਜੀ ਸੀ ਇਬਨ ਬਤੂਤਾ ਇੱਕ ਯਾਤਰੀ ਸੀ ਜੋ ਕਿ ਮੁਗਲ ਸਲਤਨਤ ਦੇ ਸਮੇਂ ਭਾਰਤ ਦੇ ਵਿੱਚ ਆਇਆ ਸੀ। 15ਵਾਂ ਪ੍ਰਸ਼ਨ ਹੈ ਜੀ ਅੱਗੇ, ਉਰਦੂ ਕਿਸ ਕਿਸ ਭਾਸ਼ਾ ਦੇ ਸੁਮੇਲ ਤੋਂ ਬਣੀ ਹੈ? ਜੇਕਰ ਆਪਾਂ ਭਾਸ਼ਾ ਦੀ ਗੱਲ ਕਰੀਏ, ਉਰਦੂ ਭਾਸ਼ਾ ਬਾਰੇ ਵੀ ਪੜ੍ਹਿਆ ਸੀ ਆਪਾਂ ਨੇ ਕਿ ਕਿਹੜੀ ਕਿਹੜੀ ਭਾਸ਼ਾ ਦੇ ਸੁਮੇਲ ਤੋਂ ਬਣੀ ਹੈ। ਏ ਹਿੰਦੀ ਅਤੇ ਅੰਗਰੇਜ਼ੀ, ਬੀ ਹਿੰਦੀ ਅਤੇ ਫਾਰਸੀ, ਸੀ ਤਮਿਲ ਅਤੇ ਹਿੰਦੀ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੋਸਤੋ ਪ੍ਰਸ਼ਨਾਂ ਨੂੰ ਪਹਿਲਾਂ ਬੜੇ ਹੀ ਧਿਆਨ ਦੇ ਨਾਲ ਪੜ੍ਹਨ ਦੀ ਜ਼ਰੂਰਤ ਹੈ, ਫਿਰ ਸਮਝਣ ਦੀ ਜ਼ਰੂਰਤ ਹੈ ਅਤੇ ਉਸ ਤੋਂ ਬਾਅਦ ਤੁਸੀਂ ਉੱਤਰ ਦੇਣਾ। ਉੱਤਰ ਦੇਣ ਵੇਲੇ ਕਾਹਲੀ ਨਹੀਂ ਕਰਨੀ, ਕਿਉਂਕਿ ਕਾਹਲੀ ਕਾਹਲੀ ਦੇ ਵਿੱਚ ਕਈ ਵਾਰੀ ਜਿਹੜਾ ਪ੍ਰਸ਼ਨ ਆਪਾਂ ਨੂੰ ਆਉਂਦੇ ਹੁੰਦੇ ਨੇ ਸੌਖੇ ਸੌਖੇ ਪ੍ਰਸ਼ਨ ਨੇ ਜੋ ਉਹ ਵੀ ਗਲਤ ਹੋ ਜਾਂਦੇ ਨੇ। ਹਾਂਜੀ 15ਵਾਂ ਪ੍ਰਸ਼ਨ ਦੇ 4 ਆਪਸ਼ਨ ਨੇ ਜੀ, ਧਿਆਨ ਨਾਲ ਦੇਖਣਾ। ਇਹਦਾ ਸਹੀ ਉੱਤਰ ਹੈ ਬੀ ਹਿੰਦੀ ਅਤੇ ਫਾਰਸੀ। ਇਹ ਕਿਵੇਂ ਬਣੀ ਸੀ ਇਹਦੇ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਦੱਸਦਾ ਕਿ ਤੁਰਕਾਂ ਦੁਆਰਾ ਫਾਰਸੀ ਭਾਸ਼ਾ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਦਿੱਲੀ ਸਲਤਨਤ ਦੀ ਜੋ ਰਾਜ ਭਾਸ਼ਾ ਸੀ ਉਹ ਵੀ ਸੀ ਫਾਰਸੀ। ਤਾਂ ਹਿੰਦੀ ਅਤੇ ਫਾਰਸੀ ਭਾਸ਼ਾਵਾਂ ਦਾ ਜਦੋਂ ਸੁਮੇਲ ਹੋਇਆ ਤਾਂ ਉਰਦੂ ਭਾਸ਼ਾ ਹੋਂਦ ਵਿੱਚ ਆਈ ਸੀ। ਅੱਗੇ ਆ ਗਿਆ ਜੀ 16ਵਾਂ ਕੁਸ਼ਚਨ, ਕਿਹੜਾ ਮੁਗਲ ਬਾਦਸ਼ਾਹ ਹਫ਼ਤੇ ਵਿੱਚ 2 ਦਿਨ ਅਲੱਗ ਬੈਠ ਕੇ ਸੰਗੀਤ ਸੁਣਦਾ ਸੀ? ਇਹ ਮੁਗਲ ਕਾਲ ਦੇ ਦੌਰਾਨ ਆਪਾਂ ਸੰਗੀਤ ਬਾਰੇ ਪੜ੍ਹਿਆ ਸੀ ਕਿ ਕਿਹੜੇ ਕਿਹੜੇ ਬਾਦਸ਼ਾਹ ਨੂੰ ਸੰਗੀਤ ਦਾ ਸ਼ੌਂਕ ਸੀ ਅਤੇ ਉਹਨਾਂ ਨੇ ਸੰਗੀਤ ਨੂੰ ਉੱਨਤ ਕਰਨ ਦੇ ਲਈ ਕੀ ਕੀਤਾ? ਇਹਦੇ ਆਪਸ਼ਨ ਨੇ ਜੀ ਏ ਔਰੰਗਜ਼ੇਬ, ਬੀ ਅਕਬਰ, ਸੀ ਸ਼ਾਹਜਹਾਂ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਪ੍ਰਸ਼ਨ ਰਿਪੀਟ ਕਰ ਰਿਹਾ ਜੀ, ਕਿਹੜਾ ਮੁਗਲ ਬਾਦਸ਼ਾਹ ਹਫ਼ਤੇ ਵਿੱਚ 2 ਦਿਨ ਅਲੱਗ ਬੈਠ ਕੇ ਸੰਗੀਤ ਸੁਣਦਾ ਸੀ? 4 ਆਪਸ਼ਨ ਨੇ ਔਰੰਗਜ਼ੇਬ, ਅਕਬਰ, ਸ਼ਾਹਜਹਾਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਅਤੇ ਇਹਦਾ ਸਹੀ ਉੱਤਰ ਹੈ ਜੀ ਡੀ ਉਪਰੋਕਤ ਵਿੱਚੋਂ ਕੋਈ ਨਹੀਂ, ਕਿਉਂਕਿ ਉਹ ਬਾਦਸ਼ਾਹ ਸੀ ਜੋ 2 ਦਿਨ ਸੰਗੀਤ ਸੁਣਦਾ ਸੀ, ਉਹਦਾ ਨਾਂ ਸੀ ਹੁਮਾਯੂ। ਹਾਂਜੀ ਅੱਗੇ ਆ ਜੀ 17ਵਾਂ ਪ੍ਰਸ਼ਨ, ਸ਼ਾਹਜਹਾਂਨਾਮਾ ਕਿਸ ਦੀ ਰਚਨਾ ਹੈ? ਸ਼ਾਹਜਹਾਂਨਾਮਾ ਕਿਸ ਦੀ ਰਚਨਾ ਹੈ? ਏ ਮੁਹੰਮਦ ਸਦੀਕ ਦੀ, ਬੀ ਸ਼ਾਹਜਹਾਂ ਦੀ, ਸੀ ਭੀਸ਼ਨ ਦਾਸ ਦੀ ਜਾਂ ਡੀ ਅਬਦੁੱਲ ਹਮੀਦ ਲਾਹੌਰੀ ਦੀ? ਸ਼ਾਹਜਹਾਂਨਾਮਾ ਕਿਸ ਦੀ ਰਚਨਾ ਹੈ? ਸ਼ਾਹਜਹਾਂਨਾਮਾ ਜੋ ਸਹੀ ਉੱਤਰ ਹੈ ਜਿਹਦਾ ਏ ਮੁਹੰਮਦ ਸਦੀਕ ਦੀ ਰਚਨਾ ਹੈ।
ਤੇ ਭੀਸ਼ਮ ਦਾਸ ਹੈ ਜੋ ਉਹ ਹਿੰਦੀ ਦਾ ਇੱਕ ਲੇਖਕ ਸੀ ਤੇ ਅਬਦੁਲ ਹਮੀਦ ਲਾਹੌਰੀ ਸੀ ਜੋ ਇਸ ਨੇ ਪਾਦਸ਼ਾਹਨਾਮਾ ਰਚਨਾ ਲਿਖੀ ਸੀ। ਤਾਂ ਆਪਣਾ ਜੋ ਪ੍ਰਸ਼ਨ ਸੀ ਸ਼ਾਹਜਹਾਂਨਾਮਾ ਮੁਹੰਮਦ ਸਦੀਕ ਦੀ ਰਚਨਾ ਹੈ ਤੇ ਅਬਦੁਲ ਹਮੀਦ ਲਾਹੌਰੀ ਦੀ ਰਚਨਾ ਦਾ ਨਾਮ ਹੈ ਪਾਦਸ਼ਾਹਨਾਮਾ। ਅੱਗੇ ਜੀ 18ਵਾਂ ਪ੍ਰਸ਼ਨ, ਕਿਸ ਮੁਗਲ ਬਾਦਸ਼ਾਹ ਨੇ ਆਪਣੀ ਆਤਮ ਕਥਾ ਚਿਤਰਿਤ ਕਰਵਾਈ? ਏ ਅਕਬਰ ਨੇ, ਬੀ ਔਰੰਗਜ਼ੇਬ ਨੇ, ਸੀ ਹੁਮਾਯੂ ਨੇ ਜਾਂ ਡੀ ਬਾਬਰ ਨੇ? ਕਿਸ ਬਾਦਸ਼ਾਹ ਨੇ ਆਪਣੀ ਰਚਨਾ ਆਤਮ ਕਥਾ ਜੋ ਸਵੈ ਜੀਵਨੀ ਹੈ ਕਿ ਚਿਤਰਿਤ ਕਰਵਾਈ ਸੀ, ਆਤਮ ਕਥਾ ਸੀ ਜੀ, ਉਹਦਾ ਨਾਮ ਸੀ ਡੀ ਬਾਬਰ। ਬਾਬਰ ਨੇ ਜੋ ਆਪਣੀ ਆਤਮ ਕਥਾ ਸੀ, ਸਵੈ ਜੀਵਨੀ ਸੀ, ਉਹ ਚਿਤਰਿਤ ਕਰਵਾਈ ਸੀ। ਬਾਬਰ ਦੀ ਸਵੈ ਜੀਵਨੀ ਦਾ ਨਾਮ ਹੈ ਤੁਜ ਕੇ ਬਾਬਰੀ, ਜਿਸ ਨੂੰ ਬਾਬਰਨਾਮਾ ਵੀ ਕਿਹਾ ਜਾਂਦਾ ਹੈ, ਜੋ ਕਿ ਤੁਰਕੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ। ਉਸ ਤੋਂ ਬਾਅਦ ਉਸਨੇ ਆਪਣੀ ਇਹ ਆਤਮ ਕਥਾ ਸੀ ਜੋ ਉਸਨੂੰ ਚਿਤਰਿਤ ਕਰਵਾਇਆ ਸੀ। 19ਵਾਂ ਪ੍ਰਸ਼ਨ ਹੈ ਜੀ, ਤੁਜ ਕੇ ਜਹਾਂਗੀਰੀ ਕਿਸ ਨੇ ਕਿਸ ਭਾਸ਼ਾ ਵਿੱਚ ਲਿਖੀ? ਇੱਕ ਪਾਸੇ ਵਿਅਕਤੀ ਦਾ ਬਾਦਸ਼ਾਹ ਦਾ ਨਾਮ ਹੈ ਅਤੇ ਦੂਜੇ ਪਾਸੇ ਭਾਸ਼ਾ ਦਾ ਨਾਮ ਹੈ। ਰਚਨਾ ਦਾ ਨਾਮ ਹੈ ਤੁਜ ਕੇ ਜਹਾਂਗੀਰੀ। ਏ ਔਰੰਗਜ਼ੇਬ ਨੇ ਤਮਿਲ ਭਾਸ਼ਾ ਵਿੱਚ, ਬੀ ਜਹਾਂਗੀਰ ਨੇ ਫਾਰਸੀ ਭਾਸ਼ਾ ਵਿੱਚ, ਸੀ ਜਹਾਂਗੀਰ ਨੇ ਤੁਰਕੀ ਭਾਸ਼ਾ ਵਿੱਚ ਜਾਂ ਡੀ ਭੀਸ਼ਮ ਦਾਸ ਨੇ ਹਿੰਦੀ ਭਾਸ਼ਾ ਵਿੱਚ? ਧਿਆਨ ਨਾਲ ਦੇਖਣਾ ਜੀ, ਤੁਜ ਕੇ ਜਹਾਂਗੀਰੀ, ਪਹਿਲਾਂ ਤੁਜ ਕੇ ਜਹਾਂਗੀਰੀ ਬਾਰੇ ਪਤਾ ਹੋਣਾ ਚਾਹੀਦਾ ਕਿ ਤੁਜ ਕੇ ਜਹਾਂਗੀਰੀ ਕੀ ਹੈ। ਤੁਜ ਕੇ ਜਹਾਂਗੀਰੀ ਹੈ ਜੋ ਉਹ ਜਹਾਂਗੀਰ ਦੀ ਆਤਮ ਕਥਾ ਦਾ ਨਾਮ ਹੈ। ਤਾਂ ਹੁਣ ਆਤਮ ਕਥਾ ਜੋ ਇਹਦੇ ਨਾਮ ਤੋਂ ਹੀ ਕਲੀਅਰ ਹੋ ਗਿਆ, ਜਹਾਂਗੀਰੀ ਭਾਵ ਇਹਨਾਂ ਦੋ ਦੇ ਵਿੱਚੋਂ ਕਿਸੇ ਨੇ ਲਿਖੀ ਹੋਣੀ, ਤਾਂ ਦੋਹਾਂ ਦੇ ਵਿੱਚ ਹੈ ਜਹਾਂਗੀਰ। ਅਤੇ ਹੁਣ ਭਾਸ਼ਾ ਦੇਖਣੀ ਆਪਾਂ ਨੇ ਕਿ ਕਿਸ ਭਾਸ਼ਾ ਦੇ ਵਿੱਚ ਲਿਖੀ ਗਈ ਹੈ। ਇੱਕ ਆਪਸ਼ਨ ਦੇ ਵਿੱਚ ਹੈ ਫਾਰਸੀ ਅਤੇ ਦੂਜੇ ਦੇ ਵਿੱਚ ਹੈ ਤੁਰਕੀ। ਤਾਂ ਇਹਦਾ ਸਹੀ ਉੱਤਰ ਹੋ ਗਿਆ ਜੀ ਬੀ, ਤੁਜ ਕੇ ਜਹਾਂਗੀਰੀ ਜੋ ਕਿ ਜਹਾਂਗੀਰ ਦੀ ਆਤਮ ਕਥਾ ਹੈ, ਉਸਨੇ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਹੈ। ਇਹ ਬੀ ਉੱਤਰ ਬਿਲਕੁਲ ਸਹੀ ਹੈ ਜੀ 19ਵੇਂ ਦਾ। ਅੱਗੇ ਹੈ ਜੀ 20ਵਾਂ ਪ੍ਰਸ਼ਨ, ਫਿਰੋਜ਼ ਸ਼ਾਹ ਤੁਗਲਕ ਕਿਸ ਦਿਨ ਸੰਗੀਤ ਸਭਾ ਬੁਲਾਉਂਦਾ ਸੀ? ਏ ਹਰੇਕ ਸ਼ੁੱਕਰਵਾਰ, ਬੀ ਹਰ ਰੋਜ਼, ਸੀ ਹਰੇਕ ਐਤਵਾਰ ਜਾਂ ਡੀ ਸ਼ੁੱਕਰਵਾਰ ਅਤੇ ਬੁੱਧਵਾਰ? ਹਾਂਜੀ, ਫਿਰੋਜ਼ ਸ਼ਾਹ ਤੁਗਲਕ ਦਾ ਪ੍ਰਸ਼ਨ ਹੈ ਇਹ। ਇਹਦਾ ਸਹੀ ਉੱਤਰ ਹੈ ਜੀ ਏ ਹਰੇਕ ਸ਼ੁੱਕਰਵਾਰ, ਕਿਉਂਕਿ ਫਿਰੋਜ਼ ਸ਼ਾਹ ਤੁਗਲਕ ਨੂੰ ਸੰਗੀਤ ਨਾਲ ਬਹੁਤ ਪ੍ਰੇਮ ਸੀ, ਇਸ ਕਰਕੇ ਉਹ ਹਰੇਕ ਸ਼ੁੱਕਰਵਾਰ ਨੂੰ ਸੰਗੀਤ ਸਭਾ ਬੁਲਾਉਂਦਾ ਸੀ। ਇਸ ਤੋਂ ਇਲਾਵਾ ਜੋ ਦਿੱਲੀ ਸਲਤਨਤ ਨਾਲ ਸੰਬੰਧਿਤ ਸੀ, ਇਹ ਦਿੱਲੀ ਸਲਤਨਤ ਦੇ ਜੋ ਸ਼ਾਸਕ ਸੀ ਬਹੁਤ ਸੰਗੀਤ ਪ੍ਰੇਮੀ ਸਨ। ਜੇਕਰ ਮੈਂ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਦੀ ਗੱਲ ਕਰਾਂ, ਜਾਂ ਮੁਹੰਮਦ ਬਿਨ ਤੁਗਲਕ ਸੀ ਜੋ ਉਹਦੇ ਦਰਬਾਰ ਦੇ ਵਿੱਚ 1200 ਦੇ ਕਰੀਬ ਸੰਗੀਤਕਾਰ ਮੰਨੇ ਜਾਂਦੇ ਨੇ, ਇਸੇ ਤੱਥ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਚਮੁੱਚ ਜੋ ਦਿੱਲੀ ਸਲਤਨਤ ਦੇ ਸ਼ਾਸਕ ਸੀ ਉਹ ਸੰਗੀਤ ਪ੍ਰੇਮੀ ਸੀ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਦੇ ਪ੍ਰਸ਼ਨ ਲੈ ਕੇ ਆਵਾਂਗੇ, 21 ਤੋਂ ਲੈ ਕੇ 40 ਤੱਕ ਦੇ ਜੋ ਪ੍ਰਸ਼ਨ ਨੇ। ਦੋਸਤੋ, ਜੇਕਰ ਇਹ ਵੀਡੀਓ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤਾਂ ਜੋ ਅੱਗੇ ਵਾਸਤੇ ਵੀਡੀਓ ਨੂੰ ਇਸ ਤਰ੍ਹਾਂ ਦੀ ਵੀਡੀਓ ਬਣਾਈਆਂ ਜਾ ਸਕਣ। ਉਮੀਦ ਕਰਦਾ ਕਿ ਤੁਸੀਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ। ਜੇਕਰ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਓ, ਤਾਂ ਜੋ ਮੇਰੇ ਦੁਆਰਾ ਅਪਲੋਡ ਕੀਤੀ ਗਈ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ।